सो हाय एवरीवन, वेलकम बैक टू इजी इंग्लिश विद मोकम। सो अज दी जिहड़ी अपनी है वीडियो है जी, इहदे विच आपां पास्ट टेंस दी पैसिव वॉइस सिखांगे। शुरू करदे हां जी। पैसिव वॉइस जिद्दां कि आपां पहलां वी देखिया जी, पंजाबी दे विच इहदा अनुवाद हुंदा जी कर्मणी वाच। हुण इहनूं असीं देखांगे जी पास्ट टेंस दे लई, यानी कि भूतकाल दे लई। शुरू करदे हां जी। जिहड़ा पहला रूल हैगा जी पास्ट टेंस दे विच, उह हैगा सबजैक्ट प्लस वर्ब अपने सैकेंड रूप दे विच प्लस ऑब्जेक्ट। पंजाबी अनुवाद इहदा बणदा सीगा जी किसे ने की कीता। हुण जदों इहनूं असीं पैसिव दे विच चेंज करांगे तां ऑब्जेक्ट अग्गे आ जूगा जी, प्लस वॉज वर्ब, यानी कि जिहड़ा हैल्पिंग वर्ब है जी उह इत्थे असीं यूज करांगे वॉज वर्ब। उस तों बाद आजूगी जी वर्ब अपने तीजे रूप दे विच, फिर उस तों बाद आऊगा जी बाय, जिहनूं असीं पंजाबी दे विच द्वारा कहिंदे आ। उस तों बाद आजूगा जी सबजैक्ट। सारे दा पंजाबी अनुवाद जदों करांगे जी, ਉਹਦਾ ਅਨੁਵਾਦ ਹੋ ਜੂਗਾ ਕਿਸੇ ਦੁਆਰਾ ਕੀ ਕੀਤਾ ਗਿਆ। ਜਿਹੜਾ ਐਕਟਿਵ ਸੈਂਟੈਂਸ ਸੀ ਉਹਦਾ ਅਨੁਵਾਦ ਸੀਗਾ ਕਿਸੇ ਨੇ ਕੀ ਕੀਤਾ, ਪੈਸਿਵ ਦੇ ਵਿੱਚ ਉਹਦਾ ਮਤਲਬ ਹੋ ਜੂਗਾ ਜੀ ਕਿਸੇ ਦੁਆਰਾ ਕੀ ਕੀਤਾ ਗਿਆ। ਹੁਣ ਇਹਦੀਆਂ ਉਦਾਹਰਨਾਂ ਦੇਖਦੇ ਹਾਂ ਜੀ ਅਸੀਂ, ਜਿਵੇਂ ਕਿ ਰਾਮ ਏਟ ਫੂਡ ਇੱਕ ਸੈਂਟੈਂਸ ਹੈ ਜੀ। ਜਦੋਂ ਤੁਸੀਂ ਇਹਨੂੰ ਪੈਸਿਵ ਦੇ ਵਿੱਚ ਚੇਂਜ ਕਰੋਗੇ ਤਾਂ ਇਹ ਹੋ ਜੂਗਾ ਜੀ ਫੂਡ ਇੱਕ ਚੀਜ਼ ਹੈ ਜੀ, ਇਸ ਕਰਕੇ ਵਾਜ਼। ਵਰਬ ਦੀ ਥਰਡ ਫਾਰਮ ਹੈਗੀ ਹੈ ਜੀ ਈਟਨ, ਉਸ ਤੋਂ ਬਾਅਦ ਬਾਏ, ਉਸ ਤੋਂ ਬਾਅਦ ਸਬਜੈਕਟ ਹੈਗਾ ਜੀ ਰਾਮ। ਰਾਮ ਨੇ ਖਾਣਾ ਖਾਧਾ, ਖਾਣਾ ਰਾਮ ਦੁਆਰਾ ਖਾਧਾ ਗਿਆ। ਏਦਾਂ ਦੀ ਇੱਕ ਹੋਰ ਉਦਾਹਰਨ ਦੇਖਦੇ ਹਾਂ ਜੀ। ਆਈ ਵੈਂਟ ਟੂ ਸਕੂਲ। ਹੁਣ ਜਿੱਦਾਂ ਕਿ ਅਸੀਂ ਪਹਿਲਾਂ ਪ੍ਰੈਜੈਂਟ ਟੈਂਸ ਦੇ ਵਿੱਚ ਇਹ ਚੀਜ਼ ਨੂੰ ਨੋਟ ਕੀਤਾ ਸੀਗਾ ਜੀ, ਜਦੋਂ ਅਸੀਂ ਪ੍ਰੈਜੈਂਟ ਟੈਂਸ ਦੀ ਪੈਸਿਵ ਵੌਇਸ ਦੇਖ ਰਹੇ ਸੀ ਕਿ ਸਕੂਲ ਇੱਕ ਪਲੇਸ ਹੈ ਜਿਹੜੀ ਕਿ ਉੱਠ ਕੇ ਕਿਸੇ ਦੂਜੀ ਜਗ੍ਹਾ ਤੇ ਨਹੀਂ ਜਾ ਸਕਦੀ, ਇਸ ਕਰਕੇ ਸਕੂਲ ਦੇ ਨਾਲ ਲੱਗੇਗਾ ਜੀ ਵੌਜ ਵਿਜ਼ਿਟਡ। ਸਕੂਲ ਵਾਜ ਵਿਜ਼ਿਟਡ, ਵੈਂਟ ਤੋਂ ਬਣ ਗਿਆ ਜੀ ਵਿਜ਼ਿਟ, ਵਿਜ਼ਿਟ ਦੀ ਥਰਡ ਫਾਰਮ ਯੂਜ਼ ਕੀਤੀ ਆਪਾਂ। ਉਸ ਤੋਂ ਬਾਅਦ ਹੈਗਾ ਜੀ ਆਏ, ਯਾਨੀ ਕਿ ਬਾਏ ਮੀ, ਸਕੂਲ ਮੇਰੇ ਦੁਆਰਾ ਵਿਜ਼ਿਟ ਕੀਤਾ ਗਿਆ। ਮੈਂ ਸਕੂਲ ਗਿਆ ਅਤੇ ਸਕੂਲ ਮੇਰੇ ਦੁਆਰਾ ਵਿਜ਼ਿਟ ਕੀਤਾ ਗਿਆ। ਹੁਣ ਇਹਨੂੰ ਹੀ ਜਦੋਂ ਅਸੀਂ ਨੈਗੇਟਿਵ ਰੂਪ ਦੇ ਵਿੱਚ ਦੇਖਾਂਗੇ ਤਾਂ ਇੱਕ ਛੋਟਾ ਜਿਹਾ ਅੰਤਰ ਆਊਗਾ ਜੀ। ਓਬਜੈਕਟ ਪਲੱਸ ਵਾਜ ਵਰਬ ਪਲੱਸ ਨੋਟ, ਉਸ ਤੋਂ ਬਾਅਦ ਵਰਬ ਆਪਣੇ ਤੀਜੇ ਰੂਪ ਦੇ ਵਿੱਚ, ਫਿਰ ਉਸ ਤੋਂ ਬਾਅਦ ਬਾਏ, ਅਤੇ ਫਿਰ ਹੈਗਾ ਜੀ ਸਬਜੈਕਟ। ਹੁਣ ਇਹਦਾ ਪੰਜਾਬੀ ਅਨੁਵਾਦ ਹੋ ਗਿਆ ਜੀ ਕਿਸੇ ਦੁਆਰਾ ਕੀ ਨਹੀਂ ਕੀਤਾ ਗਿਆ। ਆਏ ਡਿਡ ਨੋਟ ਈਟ ਫੂਡ, ਜਦੋਂ ਨੈਗੇਟਿਵ ਦੇ ਵਿੱਚ ਬਣੂਗਾ ਜੀ ਤਾਂ ਆਏ ਡਿਡ ਨੋਟ ਈਟ ਫੂਡ ਬਣ ਜੂਗਾ। ਡਿਡ ਨੋਟ ਨੂੰ ਜਦੋਂ ਪੈਸਿਵ ਦੇ ਵਿੱਚ ਚੇਂਜ ਕਰਾਂਗੇ ਤਾਂ ਇਹ ਬਣ ਜੂਗਾ ਜੀ ਫੂਡ ਵਾਜ, ਕਿਉਂਕਿ ਰੂਲ ਦੇ ਅਕੋਰਡਿੰਗ ਅਸੀਂ ਚੇਂਜ ਕਰਨਾ ਹੈ ਓਬਜੈਕਟ ਵਾਜ, ਫੂਡ ਇੱਕ ਸਿੰਗੂਲਰ ਓਬਜੈਕਟ ਹੈ ਜੀ ਇਸ ਕਰਕੇ ਵਾਜ ਵਰਤਿਆ ਜਾ ਰਿਹਾ ਹੈ। ਉਸ ਤੋਂ ਬਾਅਦ ਹੈਗਾ ਜੀ ਨੋਟ ਨੈਗੇਟਿਵ ਬਣਾਉਣ ਲਈ, ਉਸ ਤੋਂ ਬਾਅਦ ਵਰਬ ਹੈਗੀ ਹੈ ਜੀ ਈਟ ਆਪਣੇ ਤੀਜੇ ਰੂਪ ਦੇ ਵਿੱਚ, ਬਾਏ ਮੀ, ਖਾਣਾ ਮੇਰੇ ਦੁਆਰਾ ਨਹੀਂ ਖਾਧਾ ਗਿਆ। ਰਮਨ ਡਿਡ ਨੋਟ ਪਲੇ ਫੁੱਟਬਾਲ, ਰਮਨ ਨੇ ਫੁੱਟਬਾਲ ਨਹੀਂ ਖੇਡੀ। ਜਦੋਂ ਹੁਣ ਅਸੀਂ ਇਹਨੂੰ ਪੈਸਿਵ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਫੁੱਟਬਾਲ ਸਿੰਗੂਲਰ ਹੈ ਜੀ, ਇਸ ਕਰਕੇ ਵਾਜ ਨੋਟ ਪਲੇ ਤੋਂ ਬਣ ਜੂਗਾ ਜੀ ਪਲੇਡ, ਬਾਏ ਸਬਜੈਕਟ ਹੈਗਾ ਜੀ ਰਮਨ। ਠੀਕ ਹੈ ਜੀ, ਫੁੱਟਬਾਲ ਜਿਹੜੀ ਹੈਗੀ ਹੈ ਜੀ ਉਹ ਰਮਨ ਦੁਆਰਾ ਨਹੀਂ ਖੇਡੀ ਗਈ। ਇਹਦੇ ਨਾਲ ਹੁਣ ਆਪਣਾ ਜਿਹੜਾ ਪੈਸਿਵ ਵੌਇਸ ਦੇ ਵਿੱਚ ਪਹਿਲਾ ਰੂਲ ਹੈ ਪਾਸਟ ਟੈਂਸ ਦਾ, ਉਹਦੀ ਨੈਗੇਟਿਵ ਟਰਮੀਨੋਲੋਜੀ ਜਿਹੜੀ ਹੈਗੀ ਹੈ ਜੀ ਉਹ ਆਪਾਂ ਡਿਸਕਸ ਕਰ ਲਈ। ਹੁਣ ਇਹਨੂੰ ਆਪਾਂ ਦੇਖਾਂਗੇ ਜੀ ਇਹਦੇ ਇੰਟੈਰੋਗੇਟਿਵ ਰੂਪ ਦੇ ਵਿੱਚ। ਇੰਟੈਰੋਗੇਟਿਵ ਦੇ ਵਿੱਚ ਕੀ ਹੋਊਗਾ ਜੀ, ਓਬਜੈਕਟ ਦੀ ਜਗ੍ਹਾ ਹੈਲਪਿੰਗ ਵਰਬ ਆਜੂਗਾ, ਅਤੇ ਹੈਲਪਿੰਗ ਵਰਬ ਦੀ ਜਗ੍ਹਾ ਜਿਹੜੀ ਹੈਗੀ ਹੈ ਜੀ ਉਹ ਓਬਜੈਕਟ ਲੈ ਲੈਣੀ ਹੈ। ਇਹ ਹੋ ਜੂਗਾ ਜੀ ਵਾਜ ਵਰਬ, ਇਹਦੇ ਤੋਂ ਸੈਂਟੈਂਸ ਸ਼ੁਰੂ ਹੋਊਗਾ ਜੀ, ਉਸ ਤੋਂ ਬਾਅਦ ਓਬਜੈਕਟ, ਫਿਰ ਉਹ ਤੋਂ ਬਾਅਦ ਵਰਬ ਆਪਣੇ ਤੀਜੇ ਰੂਪ ਦੇ ਵਿੱਚ, ਫਿਰ ਬਾਏ, ਅਤੇ ਲਾਸਟ ਦੇ ਵਿੱਚ ਆ ਗਿਆ ਜੀ ਸਬਜੈਕਟ ਕੁਐਸਚਨ ਮਾਰਕ ਦੇ ਨਾਲ। ਹੁਣ ਇੱਥੇ ਅਸੀਂ ਸਵਾਲ ਕਰ ਰਹੇ ਹਾਂ ਜੀ ਕਿਸੇ ਦੁਆਰਾ ਕੀ ਕੀਤਾ ਗਿਆ। ਕਿਸੇ ਦੁਆਰਾ ਕੀ ਕੀਤਾ ਗਿਆ ਦਾ ਜਦੋਂ ਸਵਾਲ ਹੋਊਗਾ ਜੀ, ਯਾਨੀ ਕਿ ਇੱਥੇ ਹੁਣ ਅਸੀਂ ਪੁੱਛਾਂਗੇ ਵੀ ਕੀ ਤੁਹਾਡੇ ਦੁਆਰਾ ਪਾਣੀ ਪੀਤਾ ਗਿਆ। ਵਾਜ ਵਾਟਰ ਡਰੰਕ ਬਾਏ ਯੂ, ਵਾਜ ਵਾਟਰ ਡਰੰਕ ਬਾਏ ਯੂ ਤੋਂ ਕੀ ਭਾਵ ਹੋ ਗਿਆ ਜੀ, ਕੀ ਤੁਹਾਡੇ ਦੁਆਰਾ ਪਾਣੀ ਪੀਤਾ ਗਿਆ। ਇਹਦਾ ਜੇ ਐਕਟਿਵ ਸੈਂਟੈਂਸ ਦੇਖਾਂਗੇ ਤਾਂ ਐਕਟਿਵ ਬਣਨਾ ਸੀਗਾ ਜੀ ਡਿਡ ਤੋਂ ਸ਼ੁਰੂ ਹੋਊਗਾ ਜੀ, ਐਕਟਿਵ ਬਣੂਗਾ ਜਦੋਂ ਦਾ, ਉਸ ਤੋਂ ਬਾਅਦ ਡਿਡ ਤੋਂ ਬਾਅਦ ਲੱਗੂਗਾ ਜੀ ਸਬਜੈਕਟ ਡਿਡ ਯੂ ਪਲੱਸ ਡਰੈਂਕ ਪਲੱਸ ਵਾਟਰ।
ठीक है जी, ये क्वेश्चन मार्क बन गया, यानी कि ये एक्टिव सेंटेंस है। इथे हैगा जी हेल्पिंग वर्ब, इथे हैगा जी सब्जेक्ट, इथे हैगी है जी वर्ब की दूजी रूप, उस तो बाद इथे हैगा जी ऑब्जेक्ट। इहदी ही एक होर उदाहरण देखते हैं जी। वर्ड चॉकलेट्स ईटन बाय यू, यानी कि की चॉकलेट्स तुहाडे द्वारा खादिया गई। इहदे नाल हुण अपना जिहड़ा हैगा जी पास्ट टेंस का पैसिव वॉइस का पहला वाला रूल वो आपां कंप्लीटली डिस्कस कर लिया। हुण आपां इहदा सैकेंड रूल जिहड़ा हैगा जी उहनूं डिस्कस करांगे। जिद्दां कि आपां कल देखिया सीगा जी जिहड़ा प्रेजेंट टेंस सीगा उहदा सैकेंड रूल सीगा, इह वी सेम उदां ही बणूगा, बस जिहड़े हैल्पिंग वर्ब्स ने उह एस एम आर की जगह ते वॉज वर्ब हो जाणगे, बाकी सारी चीज जिहड़ी हैगी है जी उह एज इट इज सेम ही रहनी है। दूजा रूल दे विच जे आपां देखांगे जी एक्टिव वाला जिहड़ा रूल सीगा उह सीगा सब्जेक्ट प्लस वॉज वर्ब प्लस वर्ब नाल इहदे कंटीन्यूएशन एंड दे विच ऑब्जेक्ट। हुण जदों तुसीं इहनूं पैसिव दे विच चेंज करोगे तां इह हो जाऊगा जी ऑब्जेक्ट अगे प्लस वॉज वर्ब प्लस बीइंग। जिहड़ा इत्थे वर्ब दे नाल आई एन जी लग्गिया जी उहनूं एडजस्ट करन लई इत्थे बीइंग दी वरतों कीती जा रही है। उस तों बाद च लगणी है जी वर्ब अपने तीजे रूप दे विच, फिर आऊगा जी बाय ते लास्ट दे विच आजूगा सब्जेक्ट। कोई की कर रहा सी तो बन जूगा जी किसे द्वारा की कीता जा रहा सी। इथे हुण दस्या जा रहा है जी कि किसे द्वारा की कीता जा रहा सी, किसे द्वारा की कीता जा रहा सी। हुण आपां उदाहरण देखदे हां जी। I was playing football बन गया जी इहदा एक्टिव सेंटेंस। हुण जदों इहनूं असीं पैसिव दे विच चेंज करांगे तां फुटबॉल ने अगे आ जाणा, जिद्दां कि ऑब्जेक्ट हैगा जी फुटबॉल, उस तों बाद हैल्पिंग वर्ब लगूगा जी फुटबॉल दे अकॉर्डिंग। फुटबॉल इको ही ऑब्जेक्ट है, इको ही वस्तु है, इस करके वॉज वरत्या जा रहा है। उस तों बाद लगना है जी बीइंग, बीइंग तों बाद लगनी है जी वर्ब अपने तीजे रूप दे विच, प्ले वर्ब है जी इहदे विच, इह बन जूगी प्लेड। उस तों बाद बन जूगा जी बाय सब्जेक्ट, यानी कि बाय मी, फुटबॉल मेरे द्वारा खेडी जा रही सी। ऑब्जेक्ट वॉज बीइंग, वर्ब दी थर्ड फॉर्म प्लस बाय प्लस सब्जेक्ट। एक होर देखते हैं जी उदाहरण है जी। राम वॉज गोइंग टू स्कूल तो भाव हो गया जी राम स्कूल जा रहा सी। हुण जदों इहनूं असीं इहदे कर्मणी वाच दे अकॉर्डिंग चेंज करांगे तां इह बन जूगा जी स्कूल वॉज बीइंग विजिटेड बाय सब्जेक्ट, यानी कि राम। ਇਹਦੇ ਨਾਲ ਜਿਹੜਾ ਆਪਣਾ ਪੈਸਿਵ ਵੋਇਸ ਦਾ ਸੈਕਿੰਡ ਰੂਲ ਹੈ ਪਾਸਟ ਟੈਂਸ ਦਾ ਉਹਦਾ ਪੋਜ਼ਿਟਿਵ ਹਿੱਸਾ ਆਪਾਂ ਕੰਪਲੀਟ ਕਰ ਲਿਆ। ਹੁਣ ਇਹਨੂੰ ਇਹਦੇ ਆਪਾਂ ਨੈਗੇਟਿਵ ਹਿੱਸੇ ਦੇ ਅਕੋਰਡਿੰਗ ਦੇਖਾਂਗੇ ਜੀ। ਨੈਗੇਟਿਵ ਚ ਹੋਊਗਾ ਜੀ ਓਬਜੈਕਟ ਪਲੱਸ ਵਾਜ਼ ਵਰ, ਯਾਨੀ ਕਿ ਹੈਲਪਿੰਗ ਵਰਬ ਪਲੱਸ ਨੋਟ, ਫਿਰ ਉਸ ਤੋਂ ਬਾਅਦ ਬੀਇੰਗ, ਇਹਦੇ ਤੋਂ ਬਾਅਦ ਵਰਬ ਆਪਣੇ ਤੀਜੇ ਰੂਪ ਦੇ ਵਿੱਚ, ਫਿਰ ਬਾਏ ਤੇ ਫਿਰ ਸਬਜੈਕਟ। ਇੱਥੇ ਹੁਣ ਅਸੀਂ ਦੱਸ ਰਹੇ ਹਾਂ ਜੀ ਕਿਸੇ ਦੁਆਰਾ ਕੀ ਨਹੀਂ ਕੀਤਾ ਜਾ ਰਿਹਾ ਸੀ, ਕਿਸੇ ਦੁਆਰਾ ਕੀ ਨਹੀਂ ਕੀਤਾ ਜਾ ਰਿਹਾ ਸੀ ਤੋਂ ਭਾਵ ਹੋ ਗਿਆ ਜੀ ਫੋਰ ਐਗਜ਼ਾਮਪਲ ਫੁੱਟਬਾਲ ਦੀ ਗੱਲ ਕਰੀਏ, ਫੁੱਟਬਾਲ ਮੇਰੇ ਦੁਆਰਾ ਨਹੀਂ ਖੇਡੀ ਜਾ ਰਹੀ ਸੀ ਤਾਂ ਫੁੱਟਬਾਲ ਵਾਜ਼ ਨੋਟ ਬੀਇੰਗ ਪਲੇਡ ਬਾਏ ਮੀ, ਫੁੱਟਬਾਲ ਮੇਰੇ ਦੁਆਰਾ ਨਹੀਂ ਖੇਡੀ ਜਾ ਰਹੀ ਸੀ। ਇਹਦੇ ਨਾਲ ਦੀ ਹੀ ਇੱਕ ਹੋਰ ਉਦਾਹਰਨ ਦੇਖਦੇ ਹਾਂ ਜੀ। ਚੋਕਲੇਟਸ ਸਾਡੇ ਦੁਆਰਾ ਗਿਫਟ ਨਹੀਂ ਕੀਤੀਆਂ ਜਾ ਰਹੀਆਂ ਸਨ, ਚੋਕਲੇਟਸ ਫਰ not being gifted by us। ਹੁਣ ਇਹ ਸੈਂਟੈਂਸ ਇੱਥੇ ਵੀ ਖਤਮ ਹੋ ਜਾਂਦਾ ਜੀ, ਬਟ ਜੇ ਇਹਦੇ ਵਿੱਚ ਅਸੀਂ ਐਡ ਕਰ ਦਈਏ ਕਿ ਚੋਕਲੇਟ ਸਾਡੇ ਦੁਆਰਾ ਬੱਚਿਆਂ ਨੂੰ ਨਹੀਂ ਗਿਫਟ ਕੀਤੀਆਂ ਜਾ ਰਹੀਆਂ ਸੀ ਤਾਂ ਇਹ ਹੋ ਜਾਊਗਾ ਜੀ ਚੋਕਲੇਟਸ ਵਰ ਨੋਟ ਬੀਇੰਗ ਗਿਫਟਡ ਬਾਏ ਅਸ ਟੂ ਚਿਲਡਰਨ, ਯਾਨੀ ਕਿ ਬੱਚਿਆਂ ਨੂੰ। ਠੀਕ ਹੈ ਜੀ, ਇਹਦੇ ਨਾਲ ਜਿਹੜਾ ਆਪਣਾ ਪਾਸਟ ਟੈਂਸ ਦਾ ਸੈਕਿੰਡ ਵਾਲਾ ਰੂਲ ਹੈ ਉਹਦਾ ਆਪਾਂ ਪੈਸਾ ਹਿੱਸਾ ਉਹਦਾ ਉਹ ਆਪਾਂ ਕੰਪਲੀਟ ਕਰ ਲਿਆ। ਹੁਣ ਇਹਨੂੰ ਆਪਾਂ ਇਹਦੇ ਇੰਟੈਰੋਗੇਟਿਵ ਰੂਪ ਦੇ ਅਕੋਰਡਿੰਗ ਚੈੱਕ ਕਰਾਂਗੇ ਜੀ। ਹੁਣ ਇੰਟੈਰੋਗੇਟਿਵ ਦੇ ਵਿੱਚ ਕੀ ਹੋਊਗਾ ਜੀ, ਵਾਜ਼ ਵਰਬ ਤੋਂ ਸ਼ੁਰੂ ਹੋਜੂਗਾ, ਯਾਨੀ ਕਿ ਹੈਲਪਿੰਗ ਵਰਬ ਤੋਂ, ਉਸ ਤੋਂ ਬਾਅਦ ਆਊਗਾ ਜੀ ਓਬਜੈਕਟ, ਉਸ ਤੋਂ ਬਾਅਦ ਆਜੂਗਾ ਜੀ ਬੀਇੰਗ, ਫਿਰ ਆਊਗੀ ਕਿਰਿਆ ਆਪਣੇ ਤੀਜੇ ਰੂਪ ਦੇ ਵਿੱਚ, ਤੇ ਫਿਰ ਆਊਗਾ ਜੀ ਬਾਏ ਪਲੱਸ ਸਬਜੈਕਟ, ਤੇ ਲਾਸਟ ਦੇ ਵਿੱਚ ਚਲਾ ਜਾਊਗਾ ਜੀ ਕੁਐਸਚਨ ਮਾਰਕ। ਹੁਣ ਇੱਥੇ ਸਵਾਲ ਕੀਤਾ ਜਾ ਰਿਹਾ ਹੈ ਕਿ ਕਿਸੇ ਦੁਆਰਾ ਕੀ ਕੀਤਾ ਜਾ ਰਿਹਾ ਸੀ, ਕਿਸੇ ਦੁਆਰਾ ਕੀ ਕੀਤਾ ਜਾ ਰਿਹਾ ਸੀ, ਕਿਸੇ ਦੁਆਰਾ ਕੀ ਕੀਤਾ ਜਾ ਰਿਹਾ ਸੀ। ਤੇ ਜੇ ਹੁਣ ਆਪਾਂ ਉਦਾਹਰਣ ਦੇਖਾਂਗੇ ਜੀ ਤਾਂ ਇਹ ਗੱਲ ਬਣ ਜੂਗੀ ਵਾਜ਼ ਸਕੂਲ ਬੀਇੰਗ ਵਿਜ਼ਿਟਡ ਬਾਏ ਦੈਮ, ਕੀ ਉਹਨਾਂ ਦੁਆਰਾ ਸਕੂਲ ਵਿਜ਼ਿਟ ਕੀਤਾ ਜਾ ਰਿਹਾ ਸੀ। ਵਰ
चॉकलेट्स बीइंग ईटन बाय चिल्ड्रन की बच्चा द्वारा चॉकलेटा खादिया जा रही सी। ठीक है जी, ए जो अपना पैसिव वॉयस का सैकंड वाला जो पास टेंस का सैकंड रूल है वो जी पैसिव वॉयस है वो इतने आप कंप्लीट कर ली। हूँ आप पंजवा रूल है जी वो पैसिव वॉयस चैक करा। सो जो पंजवा रूल आप लिखा जी वह सबजैक्ट प्लस हैड वर्ब तीजे रूप के फिर उस तो बाद ऑब्जेक्ट यह है जी पास टेंस का पंजवा रूल। हूँ जो इन असं पैसिव चेंज करा तो यह होजूगा जी सेम ऑब्जेक्ट उस तो बाद हैड ते लगूगा जी फिर बीन वर्ब अपने तीजे रूप दे विच बाय प्लस सब्जेक्ट। कोई की कर चुका सी तो बन जूगा जी किसे द्वारा की कीता जा चुका सी। मैं पानी पी चुका सी तो बन जूगा जी पानी मेरे द्वारा पीता जा चुका सी। वॉटर हैड बीन ड्रंक बाय मी यानी कि कार्यकर्ता द्वारा कार्य किया जा चुका सी। हुण इदां दी खोर उदाहरण देख रहे हैं जी चॉकलेट्स हैड बीन बॉट बाय प्रिया प्रिया द्वारा चॉकलेट्स खरीदिया जा चुकिया सन। ठीक है जी, ए जो अपना पंजवा रूल है वह पॉजिटिव हिस्सा आप कंप्लीट कर लिया। हुण इहनू आप देखांगे जी ये नैगेटिव रूप के नैगेटिव रूप के सिर्फ तो सिर्फ की अंतर आऊगा जी नॉट एड हो जूगा हैड नॉट बीन बन जूगा जी। ऑब्जेक्ट प्लस हैड प्लस नॉट फिर उस तो बाद बीन वर्ब अपने तीजे रूप दे विच बाय ते सब्जेक्ट ये बन जूगा जी किसी द्वारा की नहीं किया गया सी। हुण जिवें कि इत्थे गल करां कि मेरे द्वारा पानी नहीं पीता गया सी उहदा एक्टिव दे अकॉर्डिंग जे असीं देखदे आं तां उह बणदा सीगा जी मैं पानी नहीं पीता सी। हुण इत्थे लिखांगे जी आपां पैसिव वॉयस वॉटर हैड नॉट बीन ड्रंक बाय मी पानी मेरे द्वारा नहीं पीता गया सी। गेम्स हैड नॉट बीन प्लेड बाय स्टूडेंट्स यानी कि विद्यार्थियों द्वारा खेडां नहीं खेडियां गईयां सन। ठीक है जी, इदां दी खोर उदाहरण देख रहे हां फॉर एग्जाम्पल हुण इत्थे असीं ऑब्जेक्ट दे विच इक सब्जेक्ट नूं लैके आउंदे हां यानी कि सैकंड परसन नूं लैके आउंदे हां जी जिहदे नाल कोई भी कार्य जिहड़ा हैगा जी उह कीता गया सी या नहीं कीता गया सी। फॉर एग्जाम्पल स्टूडेंट्स हैड नॉट बीन स्कोल्डेड बाय टीचर यानी कि विद्यार्थी अध्यापक द्वारा नहीं झिड़के गए सी। ठीक है जी, ये जो अपना पंजवा रूल है यानी कि जो टेंसेस के अकॉर्डिंग पंजवा रूल है बट वैसे थर्ड रूल है पैसिव वॉयस का वह नैगेटिव हिस्सा आप कंप्लीट कर लिया। हुण इहदा लास्ट जो हिस्सा है जी दैट इज इंटरोगेटिव। इंटरोगेटिव दे विच जिवें कि आपां पहलां भी चीज़ां चैक कीतियां ने जी सिर्फ तो सिर्फ ऑब्जेक्ट की या सबजैक्ट की जगह जी है वह इंटरचेंज हो जाती है हैल्पिंग वर्ब के नाल उहदे अकॉर्डिंग यह बन जूगा जी हैड प्लस ऑब्जेक्ट प्लस बीन प्लस वर्ब की थर्ड फॉर्म प्लस बाय प्लस सब्जेक्ट लास्ट के क्वेश्चन मार्क का जो साइन है जी वह एड हो जूगा। हुण इत्थे की पूछा जा रहा है जी किसे द्वारा की कीता जा चुका सी इत्थे इस चीज का सवाल किया जा रहा है की तुहाडे द्वारा पानी पीता जा चुका सी हैड वॉटर बीन ड्रंक बाय यू यानी कि तुहाडे द्वारा पानी पीता जा चुका सी हैड फुटबॉल बीन प्लेड बाय दैम की उन्हां द्वारा फुटबॉल खेडी जा चुकी सी हैड रमन बीन ट्रेन्ड बाय द टीचर यानी कि अध्यापक द्वारा रमन नूं ट्रेन किया जा चुकिया सी। ठीक है जी, इहदे नाल जिहड़ी अपनी पैसिव वॉयस है पास टेंस वाली वह आपां सारी डिस्कस कर ली। हुण लास्ट दे विच इहदा जिहड़ा हिस्सा बचदा है जी पैसिव वॉयस दा वह हैगा फ्यूचर टेंस। फ्यूचर टेंस दे सिर्फ दो ही रूल्स ने जिहड़ी आपां नैक्सट वीडियो लैके आवांगे जी उहदे विच फ्यूचर टेंस दे पैसिव वाले जिहड़े भी सेंटेंसिस ने वह आपां डिस्कस कर लवांगे। होपफुली इह वाली सारी चीज़ तुहानूं समझ आई होगी जी। नैक्सट इस तों बाद पैसिव वॉयस तों बाद जिहड़ी भी चीज़ तुसीं करना चाहुंदे हो जी जिहड़ी भी चीज़ तुसीं समझना चाहुंदे हो कमेंट बॉक्स दे विच उहदे बारे जरूर दस्सिओ जी ताकि आपां जिहड़ी नैक्सट चीज़ है वह तुहाडे इंट्रस्ट दे अकॉर्डिंग ही डिस्कस करिए। थैंक यू सो मच।